ਮੈਨੂੰ ਤਾਂ ਇਹ ਹੀ ਲੱਗਦਾ ਸੀ ਮੈਂ ਤਾਂ ਕਹਿੰਦਾ ਸੀ ਵੀ ਅੱਜ ਵੀ ਇਹ ਖਬਰਾਂ ਕਿਤੇ ਝੂਠੀਆਂ ਹੋ ਜਾਣ ਜੋ ਕੋਈ ਲੋਕੀ ਦੱਸਦੇ ਆ ਨਾ ਭਾਈ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਝੂਠ ਖਬਰ ਹੋ ਜਵੇ ਇਹ ਮੇਨਨਾ ਤਾਂ ਅਸੀਂ ਤਾਂ ਵਾਜੀ ਨੇ 677 ਦੇ ਜੁੜੇ ਆ ਮਹਾਰਾਜ ਸੱਚੇ ਪਾਤਸ਼ਾਹ ਕਰੇ ਵੀ ਪਰ ਕੁਦਰਤੀ ਇਹ ਲੜਾਈ ਜਿਹੜੀ ਲੜੀ ਗਈ ਹੈ ਨਾ ਮੌਤ ਦੇ ਨਾਲ ਕੁਦਰਤੀ ਆਪਣੀ ਸਕੀਮਾ ਹੋਰ ਮਹਾਰਾਜ ਸਕੀਮਾ ਹੋਰ ਤੇਰਾ ਪਾਣਾ ਮਿੱਠਾ ਲੱਗੇ ਕਹਿਣਾ ਸੋਖਾ ਵਾਜੀ ਹੈ ਹੈ ਪਰ ਮੈਂ ਦੇਖਿਆ ਵੀ ਕੁਲਦੀਪ ਮਾਨਕ ਸਾਹਿਬ ਵੀ ਇੰਨੀ ਕੁ ਮਰਚ ਚਲੇਗੇ ਸੀ ਇਹ ਵੀ ਗਾਇਕੀ ਦਾ ਥੰਮ ਸੀ ਉਹ ਵੀ ਗਾਇਕੀ ਦਾ ਥੰਮ ਸੀ ਸਾਰੇ ਕਲਾਕਾਰ ਯਾਦ ਆਉਂਦੇ ਆ ਸਾਡੇ ਬਿੰਦਰ ਖਿਆਲ ਸਾਹਿਬ ਸਾਡੇ ਸਰਦੂਲ ਸਕੰਦਰ ਸਾਹਿਬ ਉਹ ਕਹਿੰਗੇ ਯਾਰ ਮੈਨੂੰ ਅੱਜ ਪਤਾ ਲੱਗਿਆ ਵੀ ਕੋਈ ਪੰਜਾਬ ਚ ਇਹੋ ਜਿਹਾ ਕਲਾਕਾਰ ਵੀ ਹੈਗਾ ਸੁਰੀਲਾ ਬੁੱਤ ਜੱਟਾਂ ਦੇ ਬਲੋਂਦੇ ਬੱਕਰੇ ਜਦੋਂ ਕਿਤੇ ਚੱਲਿਆ ਗੀਤ ਵਜੇ ਉਠਾ ਵਾਲੇ ਨਹੀਂ ਲੁੱਟ ਕੇ ਸੇਸ ਸਸੀ ਦੀ ਲੈ ਗਏ ਮੈਂ ਕਹਿੰਦਾ ਕਿਤੇ ਧਰਤੀ ਹਿੱਲਦੀ ਸੀ ਜਦੋਂ ਕਿਤੇ ਕੋਲ ਨੋਮਨੀ ਪੰਜਾਬੀ ਗਾਇਕ सुरेंद्र ਸ਼ਿੰਦਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਤੇ ਉਹਨਾਂ ਦੀਆਂ ਹੁਣ ਆਵਾਜ਼ ਤੇ ਯਾਦਾਂ ਉਹਨਾਂ ਦੀਆਂ ਰਹਿ ਗਈਆਂ ਨੇ ਪਾਲੀ ਦੇਤ ਵਾਲੀ ਜੀ ਇੱਥੇ ਪਹੁੰਚੇ ਨੇ ਵੀ ਗਾਇਕ ਨੇ ਪਿਛਲੇ 35-40 ਸਾਲਾਂ ਤੋਂ सुरेंद्र ਸ਼ਿੰਦਾ ਜੀ ਦਾ ਸਾਥ ਉਹਨਾਂ ਦੇ ਨਾਲ ਰਿਹਾ ਪਾਲੀ ਜੀ ਉਦੋਂ ਦੀਪ ਹਸਪੀਟਲ ਦੇ ਵਿੱਚ ਵੀ ਤੁਸੀਂ ਆਏ ਸੀ ਉਦੋਂ ਵੀ ਤੁਹਾਡੀਆਂ ਅੱਖਾਂ ਨਮ ਸੀ ਉਦੋਂ ਤਾਂ ਚਲੋ ਖਬਰ ਛੁੱਟੀ ਸੀ ਅੱਜ ਪਰ ਉਹ ਖਬਰ ਸੱਚ ਹੋ ਗਈ ਪਰ ਪਤਾ ਗਿਆ ਨਾ ਬਾਜੀ ਅਸੀਂ ਤਾਂ ਅੱਜ ਵੀ ਜਦੋਂ ਮੈਂ ਸੁਣਦਾ ਸੀ ਗੋਲਡੀ ਨੇ ਗੱਲ ਕੀਤੀ ਅਸ਼ਵੀ ਜੀ ਨੇ ਗੱਲ ਕੀਤੀ ਫਿਰ ਇਹਨਾਂ ਦੇ ਬੀਟੀ ਦਾ ਮੈਨੂੰ ਫੋਨ ਆ ਗਿਆ ਮੈਂ ਹੁਣ ਇਸੇ ਕਰਕੇ ਫੋਨ ਆ ਰਿਹਾ ਹੁਣ ਵਾਰੀ-ਵਾਰੀ ਹੈ ਨਾ ਮੈਨੂੰ ਤਾਂ ਇਹ ਲੱਗਦਾ ਸੀ ਮੈਂ ਤਾਂ ਕਹਿੰਦਾ ਸੀ ਵੀ ਅੱਜ ਵੀ ਇਹ ਖਬਰਾਂ ਕਿਤੇ ਝੂਠੀਆਂ ਹੋ ਜਾਣ ਜੋ ਕੋਈ ਲੋਕੀ ਦੱਸਦੇ ਆ ਨਾ ਭਈ ਮਹਾਰਾ ਸੱਚੇ ਪਾਤਸ਼ਾਹ ਕਿਤੇ ਝੂਠ ਖਬਰ ਹੋ ਜਵੇ ਇਹ ਮਹਨਤ ਦਾ ਸਿੱਧਾ ਬਜੀ ਇਹਨੇ 677 ਦੇ ਜੁੜੇ ਆ ਮਹਾਰਾ ਸੱਚੇ ਪਾਤਸ਼ਾਹ ਕਰੇ ਵੀ ਮੈਂ ਇਹ ਸੋਚਦਾ ਸੀ ਵੀ ਕੋਈ ਨਹੀਂ ਇਹਦੇ ਛੋਟੇ-ਛੋਟੇ ਬੱਚੇ ਆ ਬੱਚੇ ਭਾਵੇਂ ਵੱਡੇ ਵੀ ਹੋ ਜਰਣਾ ਹਨਾ ਮਾਪੇ ਲਈ ਬੱਚੇ ਬੱਚਿਆਂ ਵਾਲੇ ਹੋ ਜਰਣ ਉਹਨਾਂ ਲਈ ਛੋਟੇ ਬੱਚੇ ਬੜੇ ਪਿਆਰੇ ਹੁੰਦੇ ਆ ਹਮੇਸ਼ਾ ਮਾਰਾ ਸੱਚੇ ਬਾਸ਼ਾ ਉਹਨਾਂ ਨੂੰ ਇਹ ਦੁੱਖ ਸੁੱਖ ਸਹਣ ਦਾ ਬਲ ਬਖਸ਼ੇ ਪ੍ਰਮਾਤਮਾ ਪ੍ਰਮਾਤਮਾ ਕੇ ਤੁਸੀਂ ਲੋਕ ਵੀ ਅਰਦਾਸ ਕਰੋ ਭਾਈ ਇਸ ਦੇ ਕਹਿੰਦੇ ਪਹਿਲਾਂ ਵੀ ਬੜੀਆਂ ਦੁਆਵਾਂ ਕੀਤੀਆਂ ਲੋਕਾਂ ਨੇ ਪਰ ਕੁਦਰਤੀ ਇਹ ਲੜਾਈ ਜਿਹੜੀ ਲੜੀ ਗਈ ਹੈ ਨਾ ਮੌਤ ਦੇ ਨਾਲ ਕੁਦਰਤੀ ਆਪਣੀ ਸਕੀਮਾ ਹੋਰ ਮਹਾਰਾਜ ਦੀ ਸਕੀਮਾ ਹੋਰ ਤੇਰਾ ਪਾਣਾ ਮਿੱਠਾ ਲੱਗੇ ਕਹਿਣਾ ਸੋਖਾ ਭਾਈ ਹੈ ਤੇ ਬਾਕੀ ਗੱਲ ਇਹ ਵੀ ਪਰਮਾਤਮਾ ਦੀ ਸਕੀਮ ਹੋ ਰਹੀ ਹੈ ਤੇ ਆਪਣੀ ਸਕੀਮ ਹੋ ਰਹੀ ਸੱਚੇ ਪਾਤਸ਼ਾਹ ਸਭ ਜਗ ਚੱਲਨ ਹਾਰਾ ਹੈ ਪਰ ਮੈਂ ਦੇਖਿਆ ਵੀ ਕੁਲਦੀਪ ਮਾਨਕ ਸਾਹਿਬ ਵੀ ਇਨੀ ਕੋ ਮਰਜ਼ੀ ਚਲੇਗੇ ਸੀ ਇਹ ਵੀ ਗਾਇਕੀ ਦਾ ਤੁਮਸੀ ਉਹ ਵੀ ਗਾਇਕੀ ਦਾ ਤੁਮਸੀ ਸਾਰੇ ਕਲਾਕਾਰ ਯਾਦ ਆਉਂਦੇ ਆ ਸਾਡੇ ਬਿੰਦਰ ਖਿਆਲ ਸਾਹਿਬ ਸਾਡੇ ਸਤੂਲ ਸਕੰਦਰ ਸਾਹਿਬ ਹੋਰ ਵੀ ਕਈ ਕਲਾਕਾਰ ਇਹਨਾਂ ਦੇ ਚੇਲੇ ਚਮਕੀਲਾ ਜੀ ਭਾਰਸ ਜੀ ਤੁਸੀਂ ਵੀ ਕਿੰਨੇ ਕਲਾਕਾਰ ਚਲੇ ਗਏ ਥੋੜੀ ਥੋੜੀ ਉਮਰ ਦੇ ਬੱਚੇ ਮਹਾਰਾ ਸੱਚੇ ਪਾਤਸ਼ਾਹ ਹੁਣ ਤੁਸੀਂ ਵੀ ਅਰਦਾਸ ਕਰੋ ਅਸੀਂ ਲੋਕ ਵੀ ਅਰਦਾਸ ਕਰੀਏ ਰੜ ਕੇ ਵੀ ਇਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਜਗਾ ਲੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਿੰਨਾ ਘਾਟਾ ਪਿਆ ਕਿਉਂਕਿ ਬਹੁਤ ਘਟਾਈ ਇਹਨਾਂ ਜਿਨ੍ਹਾਂ ਦੇ ਨਾਮ ਦੇ ਅੱਗੇ ਸ਼ਰਮਣੀ ਪੰਜਾਬੀ ਗਾਇਕਾ ਸੀ ਜੀ ਵਖੋ ਸ਼ਰਮਣੀ ਮੈਂ ਤੁਹਾਨੂੰ ਦੰਦਾ ਇਹਨਾਂ ਨੂੰ ਸ਼ਰ ਬਾਦ ਮਿਲਿਆ ਉਹ ਦੂਜੇ ਦੂਜੇ ਸਾਲ ਚ ਮੈਨੂੰ ਕਹ ਸੀ ਯਾਰ ਪਾਲੀ ਤੂੰ ਸਾਡੇ ਬਰਾਬਰ ਦਾ ਹੋ ਗਿਆ ਬਹੁਤ ਪਿੱਛੇ ਪਿੱਛੇ ਆ ਕੇ ਮੈਨੂੰ ਬੜੀ ਇਹਨੇ ਖੁਸ਼ੀ ਮਨਾਈ ਸਾਨੂੰ ਲੱਡੂ ਖੜਾ ਦਫ਼ਤਰ ਆ ਕੇ ਮੇਰਾ ਤੇ ਇਹਨਾਂ ਦਾ ਇਕੱਠਿਆਂ ਦਾ ਦਫ਼ਤਰ ਹੁਣ ਬਾਕੀ ਗੱਲ ਇਹ ਆ ਪੁੱਤ ਜੱਟਾਂ ਦੇ ਤੋਂ ਲੈ ਕੇ ਤਖੜੇ ਥੋੜੀ ਆਦਮੀ ਕਿਸੇ ਨਿੱਕੇ ਮੁੰਡੇ ਨੇ ਕਹਿਣਾ ਰੋਲ ਕਰਨ ਨੇ ਇਹਨਾਂ ਦੇ ਜਿਹਨੇ ਚੀਲੇ ਉਹਨਾਂ ਨੂੰ ਆਸਰਾ ਦੇਣਾ ਇਹਨਾਂ ਨੇ ਤੇ ਨਿੱਕੇ ਬੰਦੇ ਨੇ ਮੈਂ ਕਹਣਾ ਮੇਰੇ ਇੱਕ ਦੇ ਗੀਤ ਚ ਰੋਲ ਕਰ ਦਿਓ ਚੱਲ ਵੀ ਕਿ ਪਿੱਛੇ ਦਿਨਾਂ ਛੋਟੀ ਜੀ ਫਿਲਮ ਬਣੀ ਸੀ ਮੈਨੂੰ ਵੀ ਲਿਆ ਉਹਨਾਂ ਦੇ ਹੋਰ ਕਈ ਕਲਾਕਾਰ ਇਹਨਾਂ ਦੇ ਲਈ ਪੁੱਤ ਜੱਟਾਂ ਤੋਂ ਲੈ ਕੇ ਬੜੀਆਂ ਫਰਮਾਂ ਬਣਾਈਆਂ ਇਹਨਾਂ ਨੇ ਬੜੀਆਂ ਹਿੱਟ ਰਹੀਆਂ ਨੇ ਹਾਂ ਇਕੱਠੇ ਕਿਹੜੇ ਕਿਹੜੇ ਗੀਤ ਗਾਏ ਤੁਸੀਂ ਆ ਬਣਾਏ ਇੱਕ ਮੈਂ ਪਿੱਛੇ ਨਹੀਂ ਕੀਤਾ ਸੀ ਵੀ ਹਰ ਬੰਦਾ ਚੰਗਾ ਨਹੀਂ ਹੁੰਦਾ ਦੇਖ ਕੇ ਯਾਰ ਬਣਾਇਆ ਕਰ ਉਹ ਵੀ ਮੈਂ ਨਹੀਂ ਇਹਨਾਂ ਨੂੰ ਕਿਹਾ ਇਹ ਕਹਿੰਦੇ ਪਾਲੀ ਆਪਾਂ ਇਕੱਠੇ ਨਹੀਂ ਕੋਣਾ ਬਹੁਤ ਚੰਗਾ ਹੈ ਮੈਂ ਕਿਹਾ ਵੀ ਇਹਨੇ ਨੇ ਰੱਡ ਕੇ ਰੱਡ ਕੇ ਗਿਆ ਸੀ ਤਾਂ ਇਹਨੇ ਦੇ ਬਰਾਬਰ ਕੀ ਕਹਣਾ ਇਹ ਲੋਕੀ ਤਾਂ ਬੜੇ ਕਿੰਨੇ ਸਾਲ ਪੁਰਾਣੀ ਤੁਹਾਡੀ ਦੋਸਤੀ ਸੀ ਕਿੰਨੀ ਦੇਰ ਦਾ ਸਾਥ ਦੋਸਤੀ ਮੈਂ ਤੁਹਾਨੂੰ ਦੱਸਦਾ ਵੀ 76 77 ਦੀ ਗੱਲ ਕਰਨਾ ਮਿਲੇ ਕਿਵੇਂ ਸੀਗੇ ਪ੍ਰਾਨੀ ਜੇ ਛੋਕਰ ਚ ਜਾਈਏ ਸਾਡੇ ਪੀਟੀਏ ਮਾਸਟਰ ਸੀਸਰ ਦਾ ਗੁਰਦੇਵ ਸਿੰਘ ਮੈਂ ਵੀ ਉਹਨਾਂ ਕੋਲੇ ਪੜਦਾ ਸੀ ਇਹ ਵੀ ਉਹਨਾਂ ਦੇ ਚੇਲੇ ਸੀਗੇ ਇਹ ਵੀ ਉਹਨਾਂ ਕੋਲ ਪੜ ਕੇ ਤਿੰਨ ਚਾਰ ਸਾਲ ਪਹਿਲਾਂ ਪੜ ਕੇ ਚਲੇ ਗਏ ਸੀ ਇਹ ਮੇ ਤੋਂ ਵੱਡੇ ਸੀ ਨੇ ਕਿ ਤਿੰਨ ਚਾਰ ਸਾਲ ਅੱਛਾ ਉੱਥੋਂ ਹੀ ਸਾਥ ਬਣਿਆ ਹਾਂਜੀ 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 ਕੋਈ ਪ੍ਰਾਣੀ ਮਿੱਠੀ ਯਾਦ ਉਹਨਾਂ ਦੀ ਯਾਦਾਂ ਦੀ ਹੋਵੇ ਕੋਈ ਗੱਲ ਜਿਵੇਂ ਰੂ ਪੰਜਾਬ ਦੀ ਦਾ ਮੇਲਾ ਸੀਗਾ ਇਹ ਰਮਾਣੇ ਹੋਣਾ ਦਾ ਫਰੀਦਕੋਟ ਬੜਾ ਗੱਡ ਕੇ ਗਿਆ ਮੇਰੇ ਖਿਆਲ ਵੀ ਘੜ ਤੋਂ ਘੜ 15000 ਬੰਦਾ ਇਹਨਾਂ ਨੂੰ ਸੁਣਨ ਵਾਲਾ ਹੋਣਾ ਬਹੁਤ ਅੱਛਾ ਲੱਗਿਆ ਥੇ ਬਹੁਤ ਲੋਕਾਂ ਨੇ ਪਸੰਦ ਕੀਤਾ ਸਿਰ ਜਿਵੇਂ ਸਵੇਰ ਸਵੇਰ ਇਹਨਾਂ ਦਾ ਹਾਸੇ ਮਜ਼ਾਕ ਵਾਲਾ ਹੁੰਦਾ ਸੀਗਾ ਕਈ ਵਾਰੀ ਤੁਹਾਡੇ ਨਾਲ ਕੀ ਕਿਹੜੀ ਗੱਲਾਂ ਕਰਦੇ ਹੁੰਦੇ ਸੀਗੇ ਬਸ ਗੱਲ ਹੈ ਕੱਲੀ ਹਾਸੇ ਵਜਾ ਦੀ ਗੱਲ ਤਾਂ ਵਾਝੀ ਗੱਲ ਇਹ ਆ ਵੀ ਉਹਨਾਂ ਦਾ ਹੱਸ ਮੁਖ ਸੁਆ ਕਿਸੇ ਕਲਾਕਾਰ ਦਾ ਹੋਰ ਤਰ੍ਹਾਂ ਵੀ ਨਾਂ ਲੈ ਲੈਣਾ ਉਹਨੇ ਉਹਨੇ ਚ ਹੀ ਹੱਸੀ ਜਾਣਾ ਯਾਰ ਮੇਰਾ ਨਾਂ ਇਸ ਤਰ੍ਹਾਂ ਕਰਕੇ ਛਿੰਦਾ ਜੀ ਨਾਂ ਜਾਣਦੇ ਆ ਮੇਰਾ ਫਿਰ ਉਹਨੂੰ ਸਦਾ ਪਿਆਰ ਵੀ ਕਰ ਲੈਣਾ ਹਾਂ ਬਾਕੀ ਗੱਲ ਇਹ ਆ ਬਜੇ ਗੱਲਾਂ ਬਾਤਾਂ ਹੁਣ ਆਪਣੇ ਕੋਲੇ ਰਹਿ ਗਈਆਂ ਉਹਨਾਂ ਦੀਆਂ ਯਾਦਾਂ ਨੇ ਇਹੋ ਜਿਹਾ ਕਲਾਕਾਰ ਕਿਤੇ ਮੈਂ ਤੁਹਾਨੂੰ ਦੱਸਦਾ ਜਦੋਂ ਕਿਤੇ ਨੇ ਦੋ ਉਠਾਂ ਵਾਲੇ ਨੇ ਲੁੱਟ ਕੇ ਸੇਸ ਸਤੀ ਉਹੋ ਜਿਹਾ ਸਭ ਕਰਦੇ ਸੀ ਚਰਨਜੀਤ ਸਾਹਿਬ ਉਹ ਕਹਿੰਦੇ ਯਾਰ ਮੈਨੂੰ ਅੱਜ ਪਤਾ ਲੱਗਿਆ ਵੀ ਕੋਈ ਪੰਜਾਬ ਚ ਇਹੋ ਜਿਹਾ ਕਲਾਕਾਰ ਵੀ ਹੈਗਾ ਸਰੀਲਾ ਬਹੁਤ ਜੱਟਾਂ ਦੇ ਬਲਾਉਂਦੇ ਬੱਕਰੇ ਜਦੋਂ ਕਿਤੇ ਚੱਲਿਆ ਗੀਤ ਵਜੇ ਉਠਾ ਵਾਲੇ ਨਹੀਂ ਲੁੱਟ ਕੇ ਸੇਸ ਸਸੀ ਦੀ ਲੈ ਗੇ ਮੈਂ ਕਹਿੰਦਾ ਕਿਤੇ ਧਰਤੀ ਹਲਦੀ ਸੀ ਜਦੋਂ ਕਿਤੇ ਹੋਣ ਵੀ ਜਦੋਂ ਕਿਤੇ ਆ ਗਾਉਣਾ ਕਿਤੇ ਸਟੇਜ ਕੱਲਿਆ ਨਹੀਂ ਭਰ ਦੇਣੀ ਡਿਊਟ ਚਲੋ ਡਿਊਟ ਸੀਗਾ ਵੀ ਡਿਊਟੀ ਵੀ ਸੀਗੇ ਮਹਾਰਾ ਸੱਚੇ ਬੱਚੇ ਹੋਣ ਤਾਂ ਅਰਦਾਸ ਹੀ ਕਰੋ ਬਾਜੀ ਮਹਾਰਾ ਸੱਚੇ ਬੱਚੇ ਹੋਣ ਤਾਂ ਤਾਂ ਇਹ ਸੰ ਸਾਡੇ ਨਾਲ ਪਾਲੀ ਦੇਤ ਵਾਲੀ ਆ ਜੀ ਤਾਂ ਬਹੁਤ ਇਹਨਾਂ ਨੇ ਪ੍ਰਾਣੀਆਂ ਮਿੱਠੀਆਂ ਯਾਦਾਂ ਉਹਨਾਂ ਦੀਆਂ ਸਾਂਝੀਆਂ ਕੀਤੀਆਂ ਦੱਸਿਆ ਕਿ ਕਿਸ ਤਰ੍ਹਾਂ ਕੱਟੇ ਰਹਿੰਦੇ ਸੀ ਤੇ ਕਿੰਨਾ ਪੁਰਾਣਾ ਸਾਥ ਹੈ ਤੇ ਅਪਡੇਟਸ ਨਾਲ ਜਰੂਰ ਕੈਮਰਾਮੈਨ ਸੰਦੀਪ ਸਿੰਘ ਨਾਲ ਸੰਜੀਤ ਸਿੰਘ ਬਲਰਜ਼ਾਨਾ ਸਪੋਰਟਸਮੈਨ ਲੁਧਿਆਣਾ